ਡੋਰੀ ਬਾਰਡਰ ਤੇ ਇੱਕ ਗੱਤ ਦਾ ਦੇਣਾ ਸੋ ਆਪਣੇ ਨਾਲ ਜੋ ਸੰਗਤ ਦਿਸ ਰਹੀ ਹੈ ਇਹ ਪਿੰਡ ਡੱਲੇ ਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਕਰ ਰਹੀ ਹੈ ਜੀ ਕੋਈ ਜੋ ਸਾਡੇ ਪਿੱਛੇ ਤੁਸੀਂ ਸਾਧਨ ਦੇਖ ਰਹੇ ਹੋ ਇਹ ਬਿਲਕੁਲ ਭਰਿਆ ਹੋਇਆ ਇਹ 50 ਮਣ ਕਣਕ ਲੈ ਕੇ ਪਹੁੰਚੇ ਹਨ ਪਿੰਡ ਡੱਲੇ ਵਾਲਾ ਦੀ ਸਾਧ ਸੰਗਤ ਸੋ ਜਿਸ ਤਰ੍ਹਾਂ ਸਰਕਾਰ ਆਪਣੇ ਇੱਕ ਤਾਰ ਪੀਡੋ ਕਰਨ ਲਈ ਅੰਦੋਲਨ ਨੂੰ ਲਗਾਤਾਰ ਪਰਜੋਰ ਕੋਸ਼ਿਸ਼ਾਂ ਕਰ ਰਹੀ ਆ ਤੇ ਇਹ ਇੱਕ ਗਮਰਾਹਪੂਰਨ ਪ੍ਰਚਾਰ ਕਰ ਰਹੀ ਹੈ ਕਿ ਮੋਰਚਾ ਖਤਮ ਹੋ ਗਿਆ ਮੋਰਚੇ 'ਚ ਗਿਣਤੀ ਹੈ ਨਹੀਂ ਅਸੀਂ ਬਹੁਤਾ ਕੁਝ ਤਾਂ ਬੋਲਣਾ ਨਹੀਂ ਚਾਹੁੰਦੇ ਇਹ ਆਪਣਾ ਪਿੰਡ ਡੱਲੇ ਵਾਲਾ ਦੀ ਸਾਧ ਸੰਗਤ ਨੇ ਸਾਰੇ ਇਹਨਾਂ ਦੇ ਵਹਿਮ ਕੱਢ ਤੇ ਆ ਵੀ ਇਹ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਕੋਈ ਤਾਰ ਪੀਡੋ ਨਹੀਂ ਹੋਇਆ ਕੋਈ ਇੱਥੇ ਹੋਰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸੋ ਜੇ ਇੱਕ ਪਿੰਡ ਇਹਨਾਂ ਕਰ ਸਕਦਾ ਤਾਂ ਪੂਰਾ ਪੰਜਾਬ ਬਹੁਤ ਵੱਡਾ ਸੋ ਅਸੀਂ ਬੇਨਤੀ ਕਰਦੇ ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਡੇ ਹੱਕਾਂ ਹਕੂਕਾਂ ਦੀ ਲੜਾਈ ਹੈ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਸੋ ਵੱਧ ਤੋਂ ਵੱਧ ਇੱਥੇ ਆਪਣਾ ਗਿਣਤੀ ਵਧਾਓ ਸੋ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਜਿਸ ਤਰ੍ਹਾਂ ਪਿਛਲੇ ਅੰਦੋਲਨ ਵੇਲੇ ਵੀ ਜਦੋਂ ਲੋੜ ਪਈ ਸਾਡੇ ਕਿਸਾਨ ਆਗੂ ਸਾਹਿਬਾਨਾਂ ਨੇ ਜਦੋਂ ਵੀ ਕਾਲ ਦਿੱਤੀ ਉੱਥੋਂ ਟਿੱਕਰੀ ਬਾਰਡਰ ਤੋਂ ਗਾਜ਼ੀਆਬਾਦ ਬਾਰਡਰ ਤੋਂ ਜਾਂ ਆਪਣੇ ਸਿੰਘੂ ਬਾਰਡਰ ਤੋਂ ਤਾਂ ਹਜ਼ਾਰਾਂ ਨਹੀਂ ਸੈਂਕੜੇ ਨਹੀਂ ਲੱਖਾਂ ਦੀ ਗਿਣਤੀ ਵਿੱਚ ਆਪ ਮਾਰੇ ਲੋਕ ਘਰਾਂ 'ਚੋਂ ਉੱਠ ਕੇ ਆਏ ਅਤੇ ਉਹਨਾਂ ਮੋਰਚਿਆਂ 'ਚ ਹਿੱਕ ਡਾਹ ਕੇ ਲੜੇ ਸੋ ਇਹ ਮੋਰਚਾ ਵੀ ਪੂਰੀ ਚੜ੍ਹਦੀ ਕਲਾ 'ਚ ਬਾਬਾ ਨਾਨਕ ਮਿਹਰ ਭਰਿਆ ਹੱਥ ਰੱਖੇ ਆਪਾਂ ਆਪਣੇ ਆਗੂ ਸਾਹਿਬਾਨਾਂ ਦੀ ਅਗਵਾਈ 'ਚ ਯੋਗ ਅਗਵਾਈ 'ਚ ਇਹ ਮੋਰਚਾ ਜ਼ਰੂਰ ਫਤਿਹ ਕਰਾਂਗੇ ਜਿਸ ਤਰ੍ਹਾਂ ਆਪਣੀਆਂ ਮੁੱਖ ਮੰਗਾਂ ਕਿਸਾਨੀ ਮਜ਼ਦੂਰੀ ਦਾ ਸਮੁੱਚਾ ਕਰਜ਼ ਮਾਫ਼ ਕਰਨਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ MSP ਦਾ ਗਰੰਟੀ ਕਾਨੂੰਨ ਦਿਵਾਉਣਾ 2013 ਦਾ ਜੋ ਭੂਮੀ ਅਧਿਗ੍ਰਹਿਣ ਬਿੱਲ ਹੈ ਉਹ ਰੱਦ ਕਰਾਉਣਾ ਬਿਜਲੀ ਸੋਧ ਬਿੱਲ ਆ ਉਹਨੂੰ ਰੱਦ ਕਰਾਉਣਾ ਇਸ ਤਰ੍ਹਾਂ ਦੀਆਂ ਜੋ ਆਪਣੀਆਂ ਜਾਇਜ਼ ਮੰਗਾਂ ਨਹੀਂ ਆਪਾਂ ਕਹਿ ਸਕਦੇ ਇਹ ਸਰਕਾਰ ਨੇ ਆਪਣੇ ਨਾਲ ਕਮਿਟਮੈਂਟਸ ਕੀਤੀਆਂ ਸੀ ਜਿਸ ਤਰ੍ਹਾਂ ਜਿਵੇਂ ਜਿਵੇਂ ਸਰਕਾਰ ਆਈ ਗਈ ਇਹ ਕਹਿੰਦੇ ਰਹੇ ਸੀ ਆਹ ਤੁਹਾਡੇ ਲਈ ਕਰਾਂਗੇ ਆਹ ਕਿਸਾਨਾਂ ਲਈ ਕਰਾਂਗੇ ਆਹ ਮਜ਼ਦੂਰਾਂ ਲਈ ਕਰਾਂਗੇ ਸੋ ਆਪਾਂ ਤਾਂ ਇਸ ਵਾਰ ਕੋਈ ਨਜਾਇਜ਼ ਮੰਗ ਵੀ ਨਹੀਂ ਮੰਗੀ ਨਾ ਹੀ ਆਪਣੀ ਉਹ ਕੋਈ ਮੰਗ ਹੈ ਤਾਂ ਸਰਕਾਰ ਨੇ ਆਪਣੇ ਨਾਲ ਵਾਅਦੇ ਕੀਤੇ ਸੀ ਆਪਾਂ ਉਹਨਾਂ ਨੂੰ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਖਨੌਰੀ ਬਾਰਡਰ ਸ਼ੰਭੂ ਬਾਰਡਰ ਅਤੇ ਰਤਨਪੁਰਾ ਬਾਰਡਰ ਰਾਜਸਥਾਨ ਦੇ ਵਿੱਚ ਬੈਠੇ ਹਾਂ ਸੋ ਮੋਰਚਾ ਬਾਬੇ ਨਾਨਕ ਦੀ ਕਿਰਪਾ ਨਾਲ ਜ਼ਰੂਰ ਫਤਿਹ ਕਰਾਂਗੇ ਸੋ ਬੇਨਤੀ ਆ ਵੱਧ ਤੋਂ ਵੱਧ ਇੱਥੇ ਆਉਣ ਦੀ ਕਿਰਪਾਲਤਾ ਕਰੋ ਮੋਰਚਾ ਪੂਰੀ ਚੜ੍ਹਦੀ ਕਲਾ 'ਚ ਅੱਜ ਜੋ ਆਪਾਂ ਜ਼ਿਕਰ ਕੀਤਾ ਰਾਸ਼ਨ ਦਾ ਇਹ ਜੋ ਖਨੌਰੀ ਬਾਰਡਰ ਉੱਪਰ ਚੱਲ ਰਿਹਾ ਲੰਗਰ ਆ ਇਹ ਡੱਲੇ ਵਾਲਾ ਪਿੰਡ ਦੀ ਸਾਧ ਸੰਗਤ ਨੇ ਫੈਸਲਾ ਕੀਤਾ ਕਿ ਸਾਰੇ ਲੰਗਰਾਂ ਵਿੱਚ ਬਣਦੀ ਆਪਣਾ ਇਹ ਕਣਕ ਮਹੱਈਆ ਕਰਵਾਈ ਜਾਊਗੀ ਸੋ ਇੰਨੀਆਂ ਹੀ ਫਤਿਹ ਬੇਨਤੀਆਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਤਾਰ ਖਲੋਤਾ ਹੁੰਦਾ ਨਾ ਉਦੋਂ ਬੜਾ ਔਖਾ ਹੋ ਜਾਂਦਾ ਤੁਸੀਂ ਦੋਸਤੋ ਬੇਨਤੀ ਹੈ ਹਾਂ ਬੇਨਤੀ ਇਹ ਆ ਕਿ ਇਹ ਕੋਈ ਐਡਵਰਟਾਈਜ਼ਮੈਂਟ ਦਾ ਵਿਸ਼ਾ ਤਾਂ ਨਹੀਂ ਹੈ ਇੱਥੇ ਸਾਡੀ ਸੰਗਤ ਸਾਡੇ ਪਿੰਡ ਦੀ ਸੰਗਤ ਨੇ ਇਹ ਕਣਕ ਭੇਜੀ ਹੈ ਇਹ ਚੀਜ਼ ਤੋਂ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਕਿਸ ਹੌਸਲੇ ਨਾਲ ਕਿਸ ਹਿੰਮਤ ਨਾਲ ਸੰਗਤਾਂ ਲੱਗੀਆਂ ਹੋਈਆਂ ਨੇ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਕੱਲ੍ਹ ਇੱਕ ਇੱਥੇ ਗੱਡੀ ਭਰ ਕੇ ਰਾਸ਼ਨ ਦੀ ਸੰਗਰੂਰ ਡਿਸਟ੍ਰਿਕਟ ਦੇ ਬਲਾਕ ਭਵਾਨੀਗੜ੍ਹ ਤੋਂ ਆਈ ਸੀ ਔਰ ਕੱਲ੍ਹ ਵੀ ਅਸੀਂ ਉਹਨਾਂ ਦੀ ਉਸ ਵੀਡੀਓ ਨੂੰ ਤੁਹਾਡੇ ਸਾਹਮਣੇ ਰੱਖਣ ਸਮੇਂ ਇਸ ਆ ਰਹੀ ਕਣਕ ਦਾ ਵੀ ਜ਼ਿਕਰ ਕੀਤਾ ਸੀ ਜਿਹੜੀ ਇੱਥੇ ਹੁਣ ਪਹੁੰਚ ਚੁੱਕੀ ਹੈ 50 ਮਣ ਕਣਕ ਹੈ ਨਾਲ ਚੌਲ ਹੈ ਨਾਲ ਹੋਰ ਰਾਸ਼ਨ ਹੈ ਉਹ ਲੈ ਕੇ ਆਏ ਨੇ ਸੋ ਇੱਕ ਤਾਂ ਗੱਲ ਇਹਨੂੰ ਨੋਟ ਕਰ ਲੈਣਾ ਚਾਹੀਦਾ ਹੈ ਸਰਕਾਰ ਦਾ ਭੁਲੇਖਾ ਨਿਕਲ ਜਾਣਾ ਚਾਹੀਦਾ ਜਿਹੜੀ ਕਹਿੰਦੀ ਸੀ ਉੱਥੇ 400 ਬੰਦਾ ਹੈ ਕੁਛ ਨਹੀਂ ਰਹਿ ਗਿਆ ਹੁਣ ਤਾਂ ਮੋਰਚੇ 'ਚ ਲੋਕਾਂ ਦਾ ਮੋਰਚੇ ਦੇ ਨਾਲ ਲਗਾਓ ਪਹਿਲਾਂ ਨਾਲੋਂ ਤੇਜ਼ ਹੈ ਪਹਿਲਾਂ ਨਾਲੋਂ ਸਟਰੋਂਗ ਹੈ ਕਿਉਂਕਿ ਲੋਕਾਂ ਨੂੰ ਪਤਾ ਇਸ ਗੱਲ ਦਾ ਕਿ ਸਾਡੀ ਲੜਾਈ ਸਾਡਾ ਮੈਚ ਹੈ ਜਿਹੜਾ ਜਿੱਥੇ ਅਸੀਂ ਜਿਹਦੇ ਨਾਲ ਲੜ ਰਹੇ ਹਾਂ ਬਿਲਕੁਲ ਗੋਲ ਦੇ ਨੇੜੇ ਹੈ ਜਿੱਤਣ ਦੇ ਨੇੜੇ ਹੈ ਅੱਜ ਤੱਕ ਕਦੇ ਵੀ
ਦੇਖਿਆ ਅਸੀਂ ਬਹੁਤ ਜ਼ਿੰਦਗੀ ਲੰਘ ਗਈ ਇਹ ਅੰਦੋਲਨ ਕਰਦਿਆਂ ਦੀ, ਕਦੇ ਪਾਰਲੀਮੈਂਟ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਡੀ ਕਿਸਾਨੀ ਦੀ ਗੱਲ ਹੀ ਨਹੀਂ ਹੋਈ। ਔਰ ਜਿਸ ਤਰੀਕੇ ਦੇ ਨਾਲ ਇਸ ਵਾਰੀ ਪਾਰਲੀਮੈਂਟ ਦੇ ਵਿੱਚ ਕਿਸਾਨ ਮਜ਼ਦੂਰ ਅਤੇ ਛੋਟੇ ਲੋਕਾਂ ਦੀ ਜਾਂ ਕਰਪਸ਼ਨ ਦੀ ਗੱਲ ਹੋ ਰਹੀ ਹੈ, ਸੋ ਇਹ ਗੱਲ ਬੜੀ ਵੱਡੀ ਹੈ। ਆਪਾਂ ਤਕੜੇ ਹੋ ਕੇ ਗੱਲ ਪਾਰਲੀਮੈਂਟ 'ਚ ਲੈ ਗਏ ਹਾਂ, ਇਹ ਜਿੱਤਾਂਗੇ, ਅਵਸ਼ ਜਿੱਤਾਂਗੇ। ਮੈਂ ਇੱਕ ਗੱਲ ਹੋਰ ਡੱਲੇਵਾਲ ਪਿੰਡ ਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਿੱਦੇ ਅਸੀਂ ਮੋਰਚੇ ਦੇ ਵਿੱਚ ਆਉਣ ਦੀ ਤਿਆਰੀ ਕਰਦੇ ਸੀ, ਉਸ ਦਿਨ ਪਿੰਡ ਨੇ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਸੀਗਾ। ਟਰੈਕਟਰ ਖੜ੍ਹੇ ਪੈਰ ਐਟ ਏ ਟਾਈਮ ਪੈਸੇ ਇਕੱਠੇ ਕਰਕੇ ਪਿੰਡ ਨੇ ਲਿਆ ਸੀਗਾ ਕਿ ਜੇਕਰ ਉੱਥੇ ਕਿਸੇ ਤਰ੍ਹਾਂ ਦੀ ਇੰਸੀਡੈਂਟ ਵਾਪਰਦੀ ਹੈ, ਨੁਕਸਾਨ ਹੁੰਦਾ, ਖਰਾਬ ਹੁੰਦਾ, ਟੁੱਟਦਾ ਹੈ, ਭੱਜਦਾ ਹੈ, ਤਾਂ ਸਾਰਿਆਂ ਦੇ ਸਾਂਝੀ ਚੀਜ਼ ਦਾ ਨੁਕਸਾਨ ਹੋਵੇ, ਕਿਸੇ ਇੱਕ ਬੰਦੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹ ਪਿੰਡ ਦੀ ਪਹਿਲਕਦਮੀ ਸੀ, ਉਹਨਾਂ ਨੇ ਲੈ ਕੇ ਟਰੈਕਟਰ ਇੱਥੇ 4 ਟਰੈਕਟਰ ਭੇਜਿਆ ਹੋਇਆ। ਇਕੱਲੇ ਪਿੰਡ ਦੀ ਨਹੀਂ, ਮੈਂ ਕਹੂੰਗਾ ਜਿੰਨੇ ਸਾਡੇ ਬੱਚੇ ਬਾਹਰ ਗਏ ਨੇ ਨੌਜਵਾਨ, ਉਹਨਾਂ ਮੁੰਡਿਆਂ ਨੇ ਬਹੁਤ ਯੋਗਦਾਨ ਪਾਇਆ। ਸੋ ਇਹਦਾ ਮਤਲਬ ਇਹ ਨਿਕਲਦਾ ਕਿ ਸਾਡਾ ਪੰਜਾਬ ਦਾ ਜੰਪਲ, ਭਾਵੇਂ ਉਹ ਕਿਸੇ ਵੀ ਦੇਸ਼ 'ਚ ਬੈਠਾ ਹੈ, ਉਹ ਕਿਤੇ ਨਾ ਕਿਤੇ ਉਹ ਧਰਤੀ ਨਾਲ ਜੁੜਿਆ ਹੋਇਆ, ਪੰਜਾਬ ਨਾਲ ਜੁੜਿਆ ਹੋਇਆ, ਪੰਜਾਬ ਲਈ ਫਿਕਰਮੰਦ ਹੈ। ਉਹ ਫਿਕਰ ਕਰਦਿਆਂ ਉਹਨਾਂ ਨੇ ਪਿੰਡ ਨੂੰ ਸਹਿਯੋਗ ਕੀਤਾ, ਪਿੰਡ ਨੇ ਰਲ ਮਿਲ ਕੇ ਉਹਨਾਂ ਬੱਚਿਆਂ ਦੇ ਸਹਿਯੋਗ ਦੇ ਨਾਲ ਉਹ ਟਰੈਕਟਰ ਵੀ ਲਿਆ ਸੀ ਜੋ ਇੱਥੇ ਇਸ ਵੇਲੇ ਖੜ੍ਹਾ ਹੈ। ਔਰ ਅੱਜ ਆਫ ਸੀਜ਼ਨ ਦੇ ਵਿੱਚ 50 ਮਣ ਕਣਕ ਦੀ ਸੇਵਾ ਪਿੰਡ ਨੇ ਕੀਤੀ ਹੈ। ਕੋਈ ਇਹ ਮੈਂ ਵਡਿਆਈ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਕੋਈ ਐਡਵਰਟਾਈਜ਼ਮੈਂਟ ਦਾ ਕੋਈ ਮਸ਼ਹੂਰੀ ਕੋਈ ਪ੍ਰਚਾਰ ਕਰਨ ਦਾ ਵਿਸ਼ਾ ਨਹੀਂ ਹੈ, ਲੇਕਿਨ ਇਹ ਜ਼ਰੂਰ ਹੈ ਕਿ ਸਰਕਾਰ ਦਾ ਭੁਲੇਖਾ ਦੂਰ ਜ਼ਰੂਰ ਕਰਨਾ ਚਾਹੁੰਦੇ ਸੀ, ਜਿਹਦੇ ਲਈ ਵੀਡੀਓ ਪਾ ਰਹੇ ਹਾਂ ਕਿ ਸਰਕਾਰ ਕਹਿੰਦੀ ਸੀ ਮੋਰਚਾ ਤਾਂ ਖਤਮ ਹੋ ਚੱਲਿਆ, ਮੋਰਚੇ 'ਚ ਉੱਥੇ ਆਈ ਕੁਝ ਨਹੀਂ। ਇਹ ਭੁਲੇਖਾ ਕੱਢ ਲੈਣਾ ਚਾਹੀਦਾ ਸਰਕਾਰ ਨੂੰ, ਜੇ ਇੱਥੇ ਰਾਸ਼ਨ ਆ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਲੋਕ ਵੀ ਹੈਗੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।